ਸਾਧਸਾਂ ਦੀ ਪੂੰਜੀ ਦੇ ਕੇ ਸੰਸਾਰ ਮੰਡਲ ਦੇ ਵਿੱਚ ਭੇਜਿਆ ਸੀ ਆਤਮਿਕ ਸ਼ਾਂਤੀ ਵਾਸਤੇ। ਇਹਨਾਂ ਦੇ ਸਮੁੱਚੇ ਪਰਿਵਾਰ ਨੇ ਰਲ ਮਿਲ ਕੇ ਉਹਨਾਂ ਦੇ ਗ੍ਰਹਿ ਵਿਖੇ ਧੁਰਕੀ ਬਾਣੀ ਦੇ ਨਿਰੰਕਾਰ ਦੀ ਬਾਣੀ ਦੇ ਅੰਮ੍ਰਿਤ ਵੇਲੇ ਭੋਗ ਪਾਏ। ਮੇਰੇ ਸੰਗਤ ਮੈਲ ਭਰੀਦਾ ਜੀ ਹੋ ਇਸ ਕਰਕੇ ਪਿਆਰੇ ਆਓ ਜੋ ਸਿਸਾ ਹਰਿਦਾਸ ਕੀਰਤਨ ਕਰੀਏ ਜੀ ਜੋ ਸਿਸਾ
Thank you.
Bye.
जिन्हें ने डर साडे विच पै आनंद को मौत दे रहे कि मौत जिन्हें ने चेते रखी मौत नु चेते करके जिन्हें ने तैयारी की है ना उन्हें फिर मौत का डर ही नहीं कोई जिन्हें ने शक नु अपने अंदर बसा लिया जी के आपा देखिए छोटे छोटे साहब जादे हम आने वाला है प्रतिशत की तरीके नु होना का शहीदी दे सरकार वाला है सात साल नौ साल की उम्र के बच्चों को अजकल की पता है उन्होंने भी शहीदियां दे ठंडे बुरज के ऊपर माता जी के अपनी दादी के नाल रहे किन्ने लाज दिते उन्होंने ते नहीं लाज दे विच नहीं आए नहीं तो बच्चे नु एक टॉपी दे दो सारा कुछ दस देता है किन्ने मनाउण दे जतन किए प्यारे उन्होंने शब्द दे नाल जुड़ के उन्होंने शब्द दे नाल जुड़े सी मौत का भय नहीं गया मौत का डर ही नहीं गया सतना श्री वाहेगुरु जी आरा के नाम चराए गए आरा चलता है तो आरा भी चलता मिठा लगता जिगा के पवाले गए तभी नहीं कोई भय रूह के मर के उन्होंने साड़िया गया भाई प्यादा जो मनी दस सची दस कितने हवे सिंह जिन्हें मौत का भय ही नहीं है क्योंकि उन्होंने पहला ही अपनी तैयारी की हुई है इस करके सानू यही कहते सतगुरु ऐसो एहो संसार देखना रहन ना को कई है इतने रहना किसी भी जिहड़ा ये अखा संसार नु देख रहे हैं ना जो भी असि देख रहे हैं साड़ियाँ देखने वाली अखा इन्हां ने भी शरीर ने भी नहीं रहना जाना सारिया ने है कि नहीं इस करके है जी राम सिमर राम सिमर सेवा सिमरण करया कर गुरुद्वारे आया दरिया चलता है नदी चलती है नहर चलती है आप देखते हैं वो दो किनारे होते हैं नदी के दो किनारे ने वो दे विच जेड़ा है पानी चलता है दो किनारे ने किसी तरह साडा मुखा जेड़ा धर्म है एक जन्म का किनारा जन्म लिया एक मौत का किनारा मौत आनी है वो दे विच चलता है जी श्वासों का प्रवाह जिंदगी जी है ये तेरे वास्ते विच है कि तू ये जिंदगी जीनी किने है सतगुरु दे भय दे विच ओदा सिमरण दे विच जां ओदा ही इह जिहड़ा वे कृपा जन्म पा देना है जिहड़ा आपां आए हां ना ये सानू वाहिगुरु दी कृपा नाल मौका जन्म प्राप्त होया कई जन्म टाइप की टुकड़ा गुरबाणी कहिंदी है कई जन्म असीं जिहड़े कीड़ियां पतलियां आए ते जुड़ना ਕਿਰਪਾ ਦੇ ਨਾਲ ਹੀ ਇਹ ਸਾਰਾ ਮਨੁੱਖਾ ਜਨ ਜਿਹੜਾ ਸਾਰਾ ਮਨਾ
ਜਿੰਨਾ ਵੀ ਤੈਨੂੰ ਮਰਨ ਦਾ ਤੌਰ ਜਾਲਾ ਮਿਲਿਆ ਹੈ ਵਾਹਿਗੁਰੂ ਇਹੀ ਕਹਿੰਦੇ ਹੰਕਾਰ ਨਾ ਕਰ ਹਰ ਜੀ ਹੰਕਾਰ ਨਾ ਪਾਵੇ ਵੇਦ ਨੂੰ ਵੀ ਸੁਣਾਵੇ ਉਹਦਾ ਭਲਾ ਉਹਦਾ ਕਰ ਉਹਦਾ ਭਲਾ ਹਰ ਮਨ ਉਹਦਾ ਮਨ ਸਰਬੱਤਨੀਆਂ ਦਾ ਭਲਾ ਮਨ ਉਹਦੇ ਨਿਮਰਤਾ ਦੇ ਨਾਲ ਇੱਕ ਵਾਹਿਗੁਰੂ ਦੇ ਗੁਣ ਗਾਵੇਗਾ ਗੁਣ ਗਾਵ ਦੇ ਵੀ ਉੱਥੇ ਸੁਨੈਣ ਮਨ ਦੀ ਜਿਹੜੀ ਜਿਹੜੀ ਮੈਲ ਆ ਨਾ ਇਹ ਜਿਹੜੀ ਫਿਰ ਉਤਰ ਜਾਵੇਗੀ ਤੂੰ ਆਪਣੀ ਤਿਆਰੀ ਕਰ ਆਪਾਂ ਦੇਖਦੇ ਹਾਂ ਬੱਚੇ ਜਿਹੜੇ ਨੇ ਜਦੋਂ ਉਹ ਸਾਲ ਪੜ੍ਹਦੇ ਨੇ ਸਾਲ ਤੋਂ ਬਾਅਦ ਜਿਹੜੇ ਇਗਜ਼ਾਮ ਹੁੰਦੇ ਆ ਉਹਨਾਂ ਦੇ ਉਹਨਾਂ ਬੱਚਿਆਂ ਨੂੰ ਡਰ ਪੈ ਨਹੀਂ ਹੁੰਦਾ ਜਿਨ੍ਹਾਂ ਨੇ ਸਾਲ ਦੇ ਵਿੱਚ ਤਿਆਰੀ ਕੀਤੀ ਹੈ ਜਿਹੜੇ ਪੜ੍ਹੇ ਨਹੀਂ ਜਿਨ੍ਹਾਂ ਜੋ ਵੀ ਟੀਚਰਾਂ ਨੇ ਕਿਹਾ ਉਹਨਾਂ ਦਾ ਕਿਹਾ ਮੰਨੇ ਨਹੀਂ ਪੜ੍ਹਾਈ ਕੀਤੀ ਨਹੀਂ ਮਿਹਨਤ ਕੀਤੀ ਨਹੀਂ ਤਾਂ ਫਿਰ ਉਹ ਪੇਪਰਾਂ ਦੇ ਵਿੱਚੋਂ ਫੇਲ ਹੋ ਜਾਂਦੇ ਆ ਤੇ ਜਿਨ੍ਹਾਂ ਨੇ ਆਪਣੇ ਟੀਚਰਾਂ ਦਾ ਕਿਹਾ ਮੰਨਿਆ ਪੜ੍ਹਾਈ ਕੀਤੀ ਉਹਨਾਂ ਨੇ ਮਿਹਨਤ ਕੀਤੀ ਤੇ ਐਗਜ਼ਾਮਾਂ ਦੇ ਵਿੱਚ ਉਹ ਫਿਰ ਪਾਸ ਹੋ ਜਾਂਦੀ ਇਸੇ ਤਰ੍ਹਾਂ ਵਾਹਿਗੁਰੂ ਦੇ ਕਹਿਤੇ ਜਿਹੜੇ ਮਨੁੱਖ ਚੱਲਦੇ ਆ ਨਾ ਉਹ ਫਿਰ ਐਗਜ਼ਾਮਾਂ ਦੇ ਪ੍ਰਭਾਵ ਆਪਣਾ ਮੌਕਾ ਜਾਣ ਸਫਲ ਕਰਕੇ ਚਲੇ ਜਾਂਦੇ ਨੇ ਸਫਲ 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 ਕਈ ਯਾਤਰਾ ਆਵਣ ਜਾਣ ਆਏ ਮੇਰੇ ਸਾਥਾ ਗੁਰਬਾਣੀ ਕਹਿੰਦੀ ਹੈ ਇਸ ਕਰਕੇ ਇਹ ਜੀਵ ਤੂੰ ਤਿਆਰੀ ਕਰ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਹੈ ਜਿਨ੍ਹਾਂ ਹਰ ਜਪਿਆ ਸੀ ਹਰ ਹੋਏ ਹਰ ਮਿਲਿਆ ਕੇਰ ਇਹ ਲਾਲੀ ਆਓ ਉਹਨਾਂ ਗੁਰਮੁਖਾਂ ਦੀ ਆਪਾਂ ਗੱਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੇ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਆਏ ਨੇ ਚਾਰ ਫੇਰੀਆਂ ਸੰਸਾਰ ਦੀਆਂ ਲਾਉਣ ਤੋਂ ਬਾਅਦ ਕਿ ਆਪ ਹਲ ਵਾਇਆ ਵਾਇਆ ਉਹਨਾਂ ਨੇ ਉੱਥੇ ਆਪ ਕਿਰਤਰੀ ਕਰਦੇ ਨੇ ਤੇ ਸਵੇਰੇ ਸ਼ਾਮ ਧਰਮਸ਼ਾਲਾ ਦੇ ਵਿੱਚ ਇਸੇ ਤਰ੍ਹਾਂ ਸੰਗਤ ਵੀ ਕਰਦੇ ਨੇ ਸਾਰੀ ਸੰਗਤ ਜੁੜਦੀ ਹੈ ਅੰਮ੍ਰਿਤ ਵੇਲੇ ਵੀ ਸੰਗਤ ਆਉਂਦੀ ਹੈ ਸੰਗਤ ਦੇ ਵਿੱਚ ਬੈਠ ਕੇ ਹਰੀ ਜਸ ਸੁਣਦੇ ਨੇ ਸਤਿਗੁਰਾਂ ਦੇ ਪ੍ਰਵਚਨ ਸੁਣਦੇ ਨੇ ਮਰਦਾਨਾ ਦੀ ਹੋਰੀ ਕੀਰਤਨ ਕਰਦੇ ਨੇ ਬਾਅਦ ਦੇ ਵਿੱਚ ਸਤਿਗੁਰੂ ਜੀ ਕਥਾ ਵਿਖਿਆਨ ਕਰਦੇ ਨੇ ਸਾਡੇ ਭੁੱਲੇ ਹੋਏ ਜੀਵਾਂ ਨੂੰ ਉਹ ਬਾਲਕ ਕਹਿੰਦਾ ਜੀ ਮੇਰਾ ਨਾਮ ਤਾਰੂ ਹੈ ਮੇਰਾ ਨਾਮ ਤਾਰੂ ਹੈ ਜੀ ਪਾਤਸ਼ਾਹ ਕਹਿੰਦੇ ਐ ਬਾਲਕ ਤਾਰੂ ਤੂੰ ਭਰ ਸਾਦੀ ਦੇ ਵਿੱਚ ਵੀ ਆਉਣਾ ਹੈ ਤੇ ਭਰ ਗਰਮੀ ਦੇ ਵਿੱਚ ਵੀ ਆਉਣਾ ਹੈ ਅੰਮ੍ਰਿਤ ਵੇਲੇ ਆ ਜਾਣਾ ਹੈ ਤੈਨੂੰ ਨੀਂਦਰਾ ਔਰ ਆਲਸ ਨਹੀਂ ਸਤਾਉਂਦੀ ਤੈਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਆਪਣੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਸਵੇਰੇ ਬਾਲਣੇ ਸਕੂਲ ਭੇਜਣੇ ਹੁੰਦੇ ਆ ਨਾ ਤਾਂ ਬਾਲਕ ਉੱਠਦੇ ਨਹੀਂ ਬੱਚੇ ਉੱਠਦੇ ਨਹੀਂ ਬਹੁਤ ਮਸਾ ਪੜ੍ਹਾਉਣੇ ਪੈਂਦੇ ਆ ਕਈ ਹਾਲਤ ਜਿਹੜੇ ਪੈਂਦੇ ਬੱਚਿਆਂ ਨੂੰ ਉਹ ਦੇਵਾਂਗੇ ਉਹ ਦੇਵਾਂਗੇ ਤੇ ਹੁਣ ਤੈਨੂੰ ਨੀਂਦਰਾ ਔਰ ਆਲਸ ਨਹੀਂ ਸਤਾਉਂਦੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਬਾਲਕ ਦਾ ਜਿਹੜਾ ਜਵਾਬ ਸੀ ਨਾ ਕਹਿੰਦੇ ਪਾਤਸ਼ਾਹ ਜੀ ਜਦੋਂ ਸਾਹਮਣੇ ਨੀਂਦ ਮੌਤ ਦਿਸਦੀ ਹੋਵੇ ਨਾ ਨੀਂਦਰਾ ਔਰ ਆਲਸ ਕਿੱਥੇ ਨੇੜੇ ਆਉਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮੌਤ ਗਿਆ ਨਾ ਪਾਤਸ਼ਾਹ ਜੀ ਦੇ ਸਾਹਮਣੇ ਮੌਤ ਦਿਸਦੀ ਹੋਵੇ ਨੀਂਦਰਾ ਦੇ ਆਲਸ ਕਿੱਥੇ ਨੇੜੇ ਆਉਂਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਵੇਂ ਜਾਣੀ ਜਾਣਦੇ ਅੰਦਰ ਦੀ ਜਾਨ ਵਿੱਚ ਭਰੇ ਹੋਏ ਕੀ ਪਛਾਣ ਗੁਰੂ ਨਾਨਕ ਪਾਤਸ਼ਾਹ ਸਭ ਕੋ ਜਾਣੀ ਜਾਣਦੇ ਫਿਰ ਪੁੱਛਦੇ ਨੇ ਐ ਬਾਲਕ ਤੈਨੂੰ ਮੌਤ ਦਾ ਕਿਵੇਂ ਪਤਾ ਬਾਲਕ ਤਾਰੂ ਕਹਿੰਦਾ ਪਾਤਸ਼ਾਹ ਜੀ ਤੁਹਾਡੀ ਸੰਗਤ ਕਰਕੇ ਮੈਨੂੰ ਪਤਾ ਲੱਗ ਗਿਆ ਤੇ ਮੇਰੀ ਮਾਂ ਦੇ ਚੁੱਲ੍ਹੇ ਨੇ ਮੈਨੂੰ ਮੌਤ ਸਰਵਾ ਦਿੱਤੀ ਮੌਤ ਜਾਣ ਕਰਾ ਦਿੱਤੀ ਤੇ ਪਾਤਸ਼ਾਹ ਜੀ ਕਹਿਣ ਲੱਗੇ ਮਾਂ ਦੇ ਚੁੱਲ੍ਹੇ ਤੋਂ ਕਿਵੇਂ ਤੈਨੂੰ ਮੌਤ ਦਾ ਪਤਾ ਲੱਗਾ ਤੇ ਬਾਲਕ ਤਾਰੂ ਕਹਿਣ ਲੱਗਾ ਪਾਤਸ਼ਾਹ ਜੀ ਇੱਕ ਦਿਨ ਮੇਰੀ ਮਾਂ ਮੈਨੂੰ ਕਹਿੰਦੀ ਐ ਬਾਲਕ ਤਾਰੂ ਮੈਂ ਘਰ ਦਾ ਕੰਮ ਕਰਦੀ ਹਾਂ ਤੇ ਤੂੰ ਨਾ ਆਪਾਂ ਫਿਰ ਰੋਟੀ ਬਣਾਵਾਂਗੇ ਤੂੰ ਚੁੱਲ੍ਹੇ ਦੇ ਵਿੱਚ ਅੱਗ ਬਾਲ ਤੇ ਮੈਨੂੰ ਜਦੋਂ ਇਹ ਕਿਹਾ ਪਾਤਸ਼ਾਹ ਜੀ ਮੈਂ ਬੜੇ ਬੜੇ ਟਾਂ ਜਿਹੜੇ ਸੀਗੇ ਤਾਂ ਉਹ ਮੈਂ ਖਿੱਚ ਕੇ ਚੁੱਲ੍ਹੇ ਦੇ ਵਿੱਚ ਲਾਏ ਤੇ ਮੈਂ ਵਾਰ ਵਾਰ ਕੋਸ਼ਿਸ਼ ਕਰਦਾ ਰਿਹਾ ਅੱਗ ਬਾਲਣ ਦੀ ਤੇ ਮੇਰੀ ਮਾਂ ਮੈਨੂੰ ਮੇਰੀ ਤਾਰੂ ਅੱਗ ਬਾਲ ਗਈ ਜਦੋਂ ਕਹਿੰਦੀ ਮੈਂ ਇਹ ਕਹਿਣਾ ਮਾਂ ਹਜੇ ਅੱਗ ਜਲੀ ਨਹੀਂ ਜਦੋਂ ਕਾਫੀ ਮੈਂ ਜਤਨ ਕਰਦਾ ਰਿਹਾ ਅੱਗ ਮੈਥੋਂ ਬਲੇ ਨਾ ਤੇ ਮੇਰੀ ਮਾਂ ਕੋਲੇ ਆ ਕੇ ਕਹਿੰਦੀ ਤਾਰੂ ਐ ਅੱਗ ਨਹੀਂ ਜਲਦੀ ਹੁੰਦੀ ਆ ਵੱਡੇ ਵੱਡੇ ਟਾਣ ਨਹੀਂ ਪਹਿਲਾਂ ਲਾਈ ਦੇ ਰਹੇ ਟਾਣਾਂ ਦੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਕੁਰਮਾ ਔਰ ਪੱਤੇ ਆ ਨਾ ਇਹਨਾਂ ਨੂੰ ਤੋੜ ਕੇ ਲਾ ਫਿਰ ਅੱਗ ਲਾ ਦਿੱਤੀ ਅੱਗ ਝੱਟ ਅੱਗ ਲਾ ਕੇ ਜਾ ਕੇ ਤੇ ਮੇਰੀ ਮਾਂ ਨੇ ਇੱਦਾਂ ਹੀ ਕੀਤਾ ਕੁਰਮਾ ਔਰ ਪੱਤੇ ਤੋੜ ਕੇ ਜਦੋਂ ਉਹ ਫਿਰ ਲਾਏ
जगदेव सिंह जी होरां दी देन है।
साल के बारह महीने के जो बच्चे पैसे किए भेजे गुरु घर देखो कि सुंदर बनाया है
ਗਾਏ ਸਰਵਵਾਸੀ ਸਰਦਾਰ ਜਗਦੇਵ ਸਿੰਘ ਜੀ ਹੋਰਾਂ ਦੇ ਉੱਪਰ ਬੜੀ ਬਖਸ਼ਿਸ਼ ਰਹੀ ਹੈ ਪਾਤਸ਼ਾਹ ਦੀ ਸਾਰੇ ਪਰਿਵਾਰ ਦੇ ਉੱਪਰ ਵੀ ਤੇ ਸਰਦਾਰ ਜਗਦੇਵ ਸਿੰਘ ਜੀ ਹੋਰਾਂ ਦੇ ਉੱਪਰ ਵੀ ਮੈਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਆਖਰੀ ਸਵਾਸ ਵੀ ਲਿਆ ਨਾ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਸਿਮਰਨ ਕਰਦਿਆਂ ਹੋਇਆ ਸਵਾਸ ਜਿਹੜੇ ਅਖੀਰਲੇ ਵੀ ਲਏ ਨੇ ਤੇ ਇਹੀ ਸਾਨੂੰ ਕਿਹਾ ਹੈ ਕਿ ਇਹ ਜੀਵ ਜਦੋਂ ਤੂੰ ਅੰਤਲਾ ਸਵਾਸ ਲਾਏ ਤੈਨੂੰ ਵਾਹਿਗੁਰੂ ਉਹ ਚੇਤੇ ਆਵੇ ਤੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ ਆਪਣਾ ਜਨਮ ਸਫਲ ਕਰਕੇ ਗਏ ਨੇ ਇਸੇ ਤਰ੍ਹਾਂ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਪਾਤਸ਼ਾਹ ਦੀ ਕਿਰਪਾ ਕਰਨੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਨਾ ਪਿਆਰਿਓ ਐਸੇ ਪਿਤਾ ਦਾ ਚਲੇ ਜਾਣਾ ਜਿਹਨੇ ਵਧੀਆ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਕੀਤਾ ਲੇਕਿਨ ਉਮਰ ਜਿੰਨੀ ਮਰਜ਼ੀ ਹੋਵੇ ਕਿਉਂਕਿ ਆਪਣੇ ਪਿਤਾ ਦੀ ਮੌਤ ਦਾ ਜਿਹੜਾ ਦੁੱਖ ਜਿਹੜਾ ਹੁੰਦਾ ਹੁੰਦਾ ਹੈ ਜਿਹਨਾਂ ਬੱਚਿਆਂ ਦੇ ਕੋਲ ਪਿਤਾ ਚਲੇ ਗਏ ਠੀਕ ਹੈ ਜ਼ਿਆਦਾ ਉਮਰ ਦੇ ਨਾਲ ਅਸੀਂ ਮੰਨਦੇ ਹਾਂ ਕਿ ਜਿਹੜਾ ਜਿਹੜਾ ਦੁੱਖ ਘੱਟਦਾ ਹੈ ਲੇਕਿਨ ਬੱਚਿਆਂ ਦੇ ਕੋਲੋਂ ਜਿਹੜਾ ਪਿਤਾ ਚਲੇ ਜਾਣਾ ਰਿਸ਼ਤੇਦਾਰਾਂ ਦੇ ਕੋਲੋਂ ਸਕੇ ਸੁਨੀਆਂ ਦੇ ਕੋਲੋਂ ਮਿੱਤਰ ਦੋਸਤਾਂ ਦੇ ਕੋਲੋਂ ਉਹ ਜਿਹੜੇ ਪ੍ਰਾਣੀ ਗਏ ਨੇ ਜਿਹੜਾ ਦੁੱਖ ਉਹਨਾਂ ਦਾ ਹੁੰਦਾ ਹੈ ਇਸ ਕਰਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ ਇਹੀ ਅਰਦਾਸ ਬੇਨਤੀ ਕਰਨੀ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਨਾ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆ ਦੁੱਗਣਾ ਰਾਗ ਚੌਗਣੀ ਤਰੱਕੀ ਬਖਸ਼ ਕਰਨੀ ਪਰਿਵਾਰ ਨੂੰ ਕਿਸੇ ਤਰ੍ਹਾਂ ਬਲ ਔਰ ਉਦਮ ਬਖਸ਼ਣਾ ਜਿਵੇਂ ਕਿ ਪਿੰਡ ਦੇ ਕਾਰਜ ਦੇ ਵਿੱਚ ਉਹ ਬਹੁਤ ਸਹਾਇਤਾ ਕਰਦੇ ਸਨ ਬੱਚਿਆਂ ਨੂੰ ਪੜ੍ਹਾਈ ਵਾਸਤੇ ਧਾਰਮਿਕ ਵਿੱਦਿਆ ਵਾਸਤੇ ਕਿਸੇ ਤਰ੍ਹਾਂ ਪਰਿਵਾਰ ਜਿਹੜਾ ਜੁੜਿਆ ਇਹ ਤੇ ਇਸੇ ਤਰ੍ਹਾਂ ਜਿਹੜੇ ਉਹ ਜਿਹੜੇ ਮਾਇਕ ਤੌਰ ਤੇ ਬੱਚਿਆਂ ਦੀ ਮਦਦ ਕਰਦੇ ਨੇ ਉਹ ਕਰਦੇ ਰਹਿਣ ਕਿ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਪਿਆਰਿਓ ਦੱਸ ਰਿਹਾ ਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਤੋਂ ਪਰਿਵਾਰ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਨੇ ਕਿਹਾ ਸੀ ਭਾਈ ਆ ਕੇ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਧੰਨਵਾਦ ਹੈ ਦੱਸ ਰਿਹਾ ਕੋਲੋਂ ਕੀਰਤਨ ਕਰਦਿਆਂ ਦੇ ਕੋਲ ਹੋ ਜਾਂਦੇ ਹਾਂ ਕਿਰਿਆ ਭੁਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਓ ਆਨੰਦ ਸਾਹਿਬ ਦੇ ਯਾਦ ਕਰੀਏ ਕੋਈ ਵੀ ਰਸਨਾਵਾਂ ਜੀ ਨਾ ਰਹੇ ਲੋ ਵਾਲੀਆਂ ਪਰਮ ਕਲੀ ਮਹਾਰਾਜ ਜੀ ਦਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਵਾ Thank you.
ਗੁਰਾਂ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੂ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕੋ ਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰੋ ਬਿੰਦੁਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਸਿੱਖੇ ਸਭ ਦੁਖ ਜਾਏ, ਤੇ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸੋਏ ਸਹਾਇ। ਦਸਾਂ ਪਾਤਸ਼ਾਹ ਦੀ ਆਤਮ ਜੋ ਧਨ 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 ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਜੀ ਦਾ ਜਿਗਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਬ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਏ ਤੇਗ ਵਾਹੀ, ਦੇਖ ਕੇ ਅਣਡਿੱਟ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਨੇ ਸੀਸ ਤੇ ਮਨ ਭੰਨ ਕਟਾਏ, ਫੁਲਕੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਅਨ ਆਰਿਆਂ ਨਾਲ ਚਰਾਏ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਬ ਤਖਤਾਂ ਸਰਬੱਤ ਗੁਰਦੁਆਰਾ ਜੀ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇਖ ਕੇ ਫਤਿਹ ਬਿਰਤ ਕੀਤਾ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਦਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਕਿਸ਼ਨਾ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪੱਕਾ ਰੱਖਾ, ਆਪ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਦੇ ਸਦਾ ਸਾਹਿਬ ਦਾ ਤਾਰ ਦਿਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ। ਖੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਦੀਆਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋ ਜੀ ਹੈ। ਆਪ ਜੀ ਦਾ ਫਰਮਾਨ ਹੈ ਜੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ ਦੇ ਮਹਾਂਬਾਕਾਂ ਅਨੁਸਾਰ ਆਪ ਜੀ ਦੇ ਚਰਨ ਸੇਵਕ ਸਰਦਾਰ ਜਗਦੇਵ ਸਿੰਘ ਜੀ ਹੋਰਾਂ ਨੂੰ ਸਤਿਗੁਰੂ ਜੀ ਆਪ ਦੀਆਂ ਨੇ ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਮੰਡਲ ਵਿੱਚ ਭੇਜਿਆ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸੰਸਾਰ ਦੇ ਵਿੱਚੋਂ ਆਪ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ ਪਿਛਲੇ ਦਿਨਾਂ ਦੇ ਵਿੱਚ। ਸਤਿਗੁਰੂ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪ ਜੀ ਦੀ ਧੁਰਕੀ ਬਾਣੀ ਦੇ ਅੰਮ੍ਰਿਤ ਵੇਲੇ ਭੋਗ ਪੁਆਏ ਨੇ, ਉਪਰੰਤ ਆਪ ਜੀ ਦੀ ਹਜ਼ੂਰੀ ਦੇ ਵਿੱਚ ਹਰੀ ਰਸ ਕੀਰਤਨ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ, ਕੀਰਤਨ ਕਰਦਿਆਂ, ਪਾਠ ਕਰਦਿਆਂ, ਸੇਵਾ ਸਿਮਰਨ ਕਰਦਿਆਂ ਕੋਲ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਬਾਣੀ ਪੜ੍ਹੀ ਸੁਣੀ ਦਾ ਸੱਚਖੰਡ ਪ੍ਰਵਾਨ ਕਰਨੀ, ਬਾਣੀ ਪੜ੍ਹੀ ਸੁਣੀ ਸਤਿਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਪੜ੍ਹੀ ਸੁਣੀ ਦਾ ਫਲ ਭਾਵ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ, ਸਰਦਾਰ ਜਗਦੇਵ ਸਿੰਘ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਣਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਾਰੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਦੇ ਜਾਈ ਮਹਾਂਬਾਕਾਂ ਅਨੁਸਾਰ ਜੋ ਵੀ ਪੁੰਨ ਦਾਨ ਕੀਤਾ ਹੈ ਸਤਿਗੁਰੂ ਜੀ ਉਹਦਾ ਫਲ ਭਾਵ ਪਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ, ਕਿਰਪਾ ਕਰਨੀ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਦਿਨ ਦੁੱਗਣਾ ਰਾਤ ਚੁੱਗਣੀ ਤਰੱਕੀ ਬਖਸ਼ਿਸ਼ ਕਰਨੀ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਹਰ ਮੈਦਾਨੇ ਹਰ ਦੀਵਾਨੇ ਫਤਿਹ ਬਖਸ਼ਿਸ਼ ਕਰਨੀ, ਸਿੱਖੀ ਨਾਮਦਾਨ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਬਾਣੀ ਦਾ ਓਟ ਆਸਰਾ ਸਤਿਗੁਰੂ ਪਰਿਵਾਰ ਨੂੰ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਣਾ, ਨਾਮ ਬਾਣੀ ਦਾ ਓਟ ਆਸਰਾ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਸੇਵਕ ਪਰਿਵਾਰ ਵੱਲੋਂ ਪੰਚਮ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਹੈ, ਆਪ ਜੀ ਦਾ ਪ੍ਰਵਾਨ ਹੋਏ
प्रवान होया प्रसाद सिख संगतां विच वरते जो जी छके सो आप जी का पवित्र नाम सतनाम श्री वाहिगुरु सतनाम श्री वाहिगुरु जपे आईया हुई सिख संगतां दीआं हाजरियां तिल फुल तर भेटा प्रवान करनिया सब सरवा सरबत संगतां दे खजाने भरपूर करने काल कंडक दूर करने करो कृपा पवित्र हुकुनामा बख्शिश करके नदरी नदर निहाल करो सुख होवे नाम चित आवे नानक नाम चढ़ी कला तेरे भाणे सबत दा भला वाहिगुरु जी का खालसा वाहिगुरु जी की फतेह दोहरा गया पई अकाल नबे जलायो सब सिखन को हुक्म है गुरु मान्यो गुरु ग्रंथ जी मान्यो प्रकट कुरान की जो प्रभु को मिल पूछ है खोज शब्द में आराध करेगा खालसा की रहना वार होए सब मिलेंगे बचे शरण जो वाहिगुरु नाम जहाज है चढ़े सुतरे पार जो शरदा कर सीम दी उतार उतार नहार बोले वाहिगुरु जी का खालसा वाहिगुरु जी की फतेह सतनाम वाहिगुरु तरसियो जीता मुख सागर नीर भया इतने औगुण हमारे दया करो मेरे बाबू डूबे पत्थर तारी राम गयो रावण गयो जाकू बहु परवार कहो नानक कृष्णी उपने ज्यों जान माया मोह जड़े अवमान गौरवख हर रस चखे कोई तेज सदा आनंद हुए दिन राती पूरे भाग प्राप्त जो चख है सो निर्मल होई निर्मल नाम होमे मल तोई साची भगत सदा सुख होई जिन हर रस चख्या सो हर जन लोग देश सदा हरख नाही कदे सोग आप मोग
करावै, हर नाम जपै हर ती सुख पावै। बिन सतगुर सब मुई बिरलाई, आन दिन राजै साथ ना पाई। सतगुर मिलै सब तृष्ण बुझाई, नानक नाम साथ सुख पाई। बिन सतगुर सब मुई बिरलाई, आन दिन राजै शांत ना पाई। सतगुर मिले सब तृष्ण बुझाई, नानक नाम शांत सुख पाई। वाहिगुरु जी का खालसा, वाहिगुरु जी की फतेह। प्रभु सतनाम जिंदगी किस तरह की सी? पहला तो असी सब तो वड्डी जिहड़ी उन्हां नूं श्रद्धांजलि है कि वह बच्चा ने घर दे विच मिलजुल के सहज पाठ की आरंभता की सी, ते उन्होंने पूर्ण संपूर्ण सवेरे भोग पा गए। दूसरा भाई मेजर सिंह जी उन्होंने जो कि वाहगुरू तो बहुत दिनों की चढ़ती कला परमात्मा की, उन्होंने विस्तारपूर्वक सानू उन्हां दी जिंदगी दे बारे वो किस तरह की जिंदगी जो है इस संसार दे अंदर, भावें कि पिंड के अंदर उन्होंने रहने का बहुत ही घट समा प्राप्त होया, मैं उन्हां दी जिंदगी दे बारे कुछ जो विचार ने साझे करना चाहना। उन्हों का जन्म 1927 पाकिस्तान विखे होया। वो आप पांच भरा ते तीन भैन सन। इतने उस तो बाद अपने परिवार के समेत पिंड आसीगढ़ विखे आ गए। सन 47 तो बाद 49 के उन्होंने फौज के भर्ती हुई। 20 साल बड़ी ही ईमानदारी के नाल उन्होंने फौज के अंदर सेवा की। सन 70 के रिटायरमेंट होने तो बाद 3 साल उन्होंने बच्चों के NCC के आधा टाइम लाया। वो बहुत ही चंगे सुभाव के सन। उन्होंने परिवार है जो अगे उन्होंने दो बेटियां उन्होंने भी बड़ी वाहेगुरू की अपार बख्शिश है। तो आप सारे इस चीज़ के बारे पता है कि उन्होंने जो एक बेटा राजवीर सिंह कनेडा में गया, बड़ी उन्होंने वाहेगुरू की कृपा है उस परिवार के उत्ते। तो हमेशा पिंड एक धार्मिक शख्सियत के तौर पर विचरते रहे। तो पिता जी भी तकरीबन 29 साल उस तो बाद NCC तो बाद ग्वालियर तो अपने परिवार को पंजाब के नाल जोड़ना चाहते सी, आपके पिंड आ गए। पिंड तो बाद 89 के इंग्लैंड चले गए। तकरीबन जिंदगी का 30 साल अरसा उन्होंने इंग्लैंड के गुजारिया आपकी बेटी के कोल परिवार के कोल। सन 18 के ही वह पिंड आए थी। पिंड उन्होंने रहन का बहुत ही घट जो समय प्राप्त होया, पर उन्होंने परिवार भी साढ़े पिंड जो देन है। मैं ये सोचता है अज गुरु ग्रंथ साहब महाराज की हजूरी के खड़ के बिल्कुल भी इस रत्ती पर झूठनी है कि जे योजे पांच चार परिवार होर पिंड के हो जो पिंड का बदलाव है वह निश्चित है। एक दिन दास ने उन्होंने जा बैठ के विचार की, भाई राजवीर सिंह मेरे बहुत वधिया दोस्त ने, उतों भी हर रोज़ असं व्हाट्सएप के एक दूसरे के नाल जुड़े हुए। पिंड के नशिया के प्रति रैली का एक आयोजन किया गया। उस तो बाद उन्होंने नाल विचार हुई बैठ के घर बैठ के,
ਮੈਨੂੰ ਕਹਿੰਦੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ। ਜਿਹੜੇ ਉਹਨਾਂ ਦੇ ਮਨ ਦੀ ਮੈਂ ਚਿੰਤਾ ਦੀ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੇ ਮਨ ਦੇ ਅੰਦਰ ਕਿਹੋ ਜਿਹੇ ਬਲਬ ਨੇ ਜਿਹੜੇ ਆਪਣੇ ਪੰਜਾਬ ਦੇ ਪ੍ਰਤੀ ਜਿਹੜੇ NRI ਬੈਠੇ ਨੇ ਵੀ ਇਹ ਪੰਜਾਬ ਦੀ ਦਿਸ਼ਾ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਹੈ ਅਤੇ ਅਫਸੋਸ ਸਾਡਾ ਪਿੰਡ ਵੀ ਕਿੱਧਰ ਨੂੰ ਚੜਿਆ ਜਾ ਰਿਹਾ ਵੀ ਅੱਜ ਤੁਹਾਨੂੰ ਸਕੂਲੀ ਬੱਚਿਆਂ ਨੂੰ ਜਿਹੜੀਆਂ ਪਾਰਟੀਆਂ ਫਰਾਉਂਦੀਆਂ ਪਈਆਂ ਨਸ਼ਿਆਂ ਦੇ ਖਿਲਾਫ ਉਹ ਕਹਿੰਦੇ ਕਿ ਉਹਨਾਂ ਇੱਕ ਆਪਾਂ ਇਸ ਤਰ੍ਹਾਂ ਦਾ ਉਪਾਅ ਕਰੀਏ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਇਹਨਾਂ ਨਸ਼ਿਆਂ ਦੀ ਦਾਦਾਂ ਦੇ ਵਿੱਚੋਂ ਬਚਾ ਲਿਆ ਜਾਵੇ। ਤਾਂ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਹੀ ਇੱਕ ਭਾਈ ਸ਼ਿੰਗਾਰਾ ਸਿੰਘ, ਭਾਈ ਸ਼ਿੰਦਰ ਸਿੰਘ ਜੀ ਬੈਠੇ ਨੇ ਅਤੇ ਭਾਈ ਅਮਰਜੀਤ ਸਿੰਘ, ਸ਼ੇਰ ਸਿੰਘ, ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨੇ ਇੱਕੋ ਦਮ ਆਪਣੀ ਆਰਥਿਕ ਤੌਰ 'ਤੇ 10,000 ਰੁਪਏ ਮਦਦ ਉਸ ਟਾਈਮ 'ਤੇ ਉਸ ਤੋਂ ਬਾਅਦ ਵੀ ਮਦਦ ਦਿੰਦੇ ਰਹੇ ਨੇ ਤਾਂ ਕਿ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਿਆ ਜਾਵੇ। ਜੇ ਬੱਚੇ ਗੁਰਮਤ ਦੇ ਨਾਲ ਜੁੜ ਜਾਣਗੇ ਤਾਂ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਨਸ਼ਿਆਂ ਤੋਂ ਬਚ ਜੂਗੀ। ਤਾਂ ਜਿਹੜੀ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਬੈਠੇ ਹਾਂ, ਜਿਹੜੇ ਵੱਡੇ ਬਜ਼ੁਰਗ ਬੈਠੇ ਹਾਂ, ਤਾਂ ਕਿਤੇ ਇਹ ਨਾ ਹੋਵੇ ਜੋ ਹਾਲ ਅੱਜ ਚੱਲ ਰਹੇ ਹਨ ਪੰਜਾਬ ਦਾ, ਖਾਸ ਕਰਕੇ ਇੱਕ ਸਾਡੇ ਉੱਤੇ ਧੱਬਾ ਰੱਖ ਚੁੱਕਿਆ ਸੀ ਕਿ ਪੰਜਾਬੀ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਅਤੇ ਜੇ ਇਹੋ ਜਿਹੇ ਪਰਿਵਾਰ ਅੱਗੇ ਹੋਣ ਤਾਂ ਅਸੀਂ ਇਹ ਬਚ ਸਕਦੇ ਹਾਂ। ਤਾਂ ਕਿ ਜਿਹੜੇ ਅਸੀਂ ਬੈਠੇ ਹਾਂ ਤਾਂ ਅਸੀਂ ਕਿਤੇ ਕੱਲ੍ਹ ਨੂੰ ਆਉਣ ਵਾਲੇ ਟਾਈਮ ਇਹ ਨਾ ਹੋਵੇ ਵੀ ਅਸੀਂ ਨਾਨੇ ਨਾਨੀਆਂ ਦਾਦੇ ਦਾਦੀ ਬਣ ਨੂੰ ਤਰਸ ਜੀਏ। ਅੱਜ ਦੇ ਹਾਲਾਤ ਦੇ ਯੁੱਗ ਇਹ ਹੋ ਪਏ ਨੇ ਅਤੇ ਇਸ ਕਰਕੇ ਮੈਂ ਤਾਂ ਇਹੋ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਪਰਿਵਾਰ ਦੇ ਨਾਲ ਆਓ, ਅੱਜ ਸਾਨੂੰ ਜੁੜਨ ਦੀ ਜ਼ਰੂਰਤ ਹੈ। ਉਹਨਾਂ ਨੇ ਅੱਜ ਸਵੇਰੇ ਵੀ ਮੇਰੇ ਨਾਲ ਗੱਲ ਕੀਤੀ ਹੈ, ਕੱਲ੍ਹ ਵੀ ਸਵੇਰੇ ਗੱਲ ਕੀਤੀ ਹੈ। ਉਹ ਇੱਥੇ ਬੱਚਿਆਂ ਦੇ ਜਿਹੜਾ ਹੈਗਾ ਸਾਡੇ ਕੀਰਤਨ ਵਾਲੇ ਬੱਚਿਆਂ ਦੇ ਵਾਸਤੇ ਇੱਕ ਧਰਮ ਗਿਆਨ ਪ੍ਰਚਾਰ ਸਭਾ ਕਮੇਟੀ ਚਲਾਈ ਗਈ ਹੈ, ਉਹਦੇ ਲਈ ਉਹਨਾਂ ਨੇ ਬਹੁਤ ਹੀ ਵੱਡਾ ਵਾਅਦਾ ਕੀਤਾ। ਉਹ ਇਹ ਕਹਿ ਰਹੇ ਸੀ ਹਰ ਘਰ ਦੇ ਵਿੱਚੋਂ ਆਉਣ ਵਾਲੀ ਜਨਰੇਸ਼ਨ ਦੇ ਵਿੱਚੋਂ ਨਵੇਂ ਬੱਚੇ ਜੋ ਗੁਰੂ ਗ੍ਰੰਥ ਸਾਹਿਬ ਨਾਲ ਸ਼ਬਦ ਦੇ ਨਾਲ ਜੁੜੇ ਜਾਣ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਅਤੇ ਸਾਡੇ ਘਰ ਪਰਿਵਾਰ ਦਾ ਭਵਿੱਖ ਹੈ ਇੱਕ ਚੰਗਾ ਹੋ ਸਕੇ। ਅਤੇ ਇਹੋ ਹੀ ਉਹਨਾਂ ਦੀ ਮੇਨ ਸੋਚ ਹੈ, ਇਹ ਵੀ ਉਹਨਾਂ ਦੇ ਪਿਤਾ ਜੀ ਦੀ ਸੋਚ ਸੀ, ਇਹ ਉਸ ਮੇਰੇ ਭੈਣ ਜੀ ਨਾਲ ਦਰਾਂ ਦੀਆਂ ਬੈਠੀ ਉਹਨਾਂ ਦੀ ਵੀ ਇਹੋ ਹੀ ਸੋਚ ਹੈ। ਬਹੁਤ ਵਧੀਆ ਪਰਿਵਾਰ ਆ, ਮੈਂ ਚਾਹੁੰਦਾ ਵੀ ਕਿਰਪਾ ਕਰਕੇ ਇਹੋ ਜਿਹੇ ਪਰਿਵਾਰ ਦੇ ਨਾਲ ਜੁੜੋ ਤਾਂ ਕਿ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੈ ਜਿਹੜੇ ਮਾਂ ਪਿਓ ਨੂੰ ਚਿੰਤਤ ਨਾ ਹੁੰਦਾ ਹੋਵੇ ਅਤੇ ਉਹਨਾਂ ਦੇ ਜਿਹੜੀ ਜ਼ਿੰਦਗੀ ਹੈ ਆਪਣੀ ਕਹਾਂ। ਦੋ ਬੱਚੇ ਪਰਿਵਾਰ, ਦੋ ਬੇਟੀਆਂ, ਉਹ ਵੀ ਵਹਿਗੁਰੂ ਦੀ ਕਿਰਪਾ ਨਾਲ ਬਹੁਤ ਸੈੱਟ ਨੇ ਅਤੇ ਉਹਨਾਂ ਦਾ ਜਿਹੜਾ ਨਾਨਕਾ ਪਰਿਵਾਰ ਹੈ ਉਹ ਆਪਣੇ ਇਲਾਕੇ ਦੇ ਮੰਨੇ ਹੋਏ ਸਮਾਜ ਸੇਵੀ ਨੇ, ਸਰਦਾਰ ਜਗਪਾਲ ਸਿੰਘ ਜੀ ਘੂੰਘੂੜਾ ਅਤੇ ਉਹਨਾਂ ਦੇ ਸਪੁੱਤਰ ਬੈਠੇ ਨੇ ਸਰਦਾਰ ਜਸਵੀਰ ਸਿੰਘ ਜੀ ਜੱਸੀ। ਉਹ ਇੱਥੋਂ ਆਪਣੇ ਹਲਕੇ ਦੇ MLA ਦੀ ਨੁਮਾਇੰਦਗੀ ਵੀ ਕੀਤੀ ਉਹਨਾਂ ਨੇ ਅਤੇ ਨਾਰਨਵਾਲ ਸਕੂਲ ਦੇ ਵਿੱਚ ਇਹ ਪਰਿਵਾਰ ਨੂੰ ਕੁਦਰਤੀ ਜਿਸ ਤਰ੍ਹਾਂ ਹੁੰਦਾ ਮਿਲੀ ਹੋਈ ਹੈ ਇਹ ਗੁੜਤੀ ਪਰਿਵਾਰ ਨੂੰ ਕਿ ਬੱਚਿਆਂ ਦੇ ਪ੍ਰਤੀ ਜਾਂ ਇਸ ਸਮਾਜ ਦੇ ਪ੍ਰਤੀ ਇਹ ਚਿੰਤਾ ਰੱਖਦੇ ਨੇ। ਨਾਰਨਵਾਲ ਸਕੂਲ ਨੂੰ ਬਹੁਤ ਵੱਡੀ ਦੇਣ ਹੈ ਇਸ ਪਰਿਵਾਰ ਦੀ, ਉਹ ਸਾਡੇ ਵਿੱਚ ਅੱਜ ਬੈਠੇ ਨੇ ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ